ਲਓ ਵੀ ਬਣ ਗਈ ਗੱਲ ਇੱਥੇ ਵੀ ਲਾ ਦੇ ਹਾਂਜੀ ਵੈਲਕਮ ਹੈ ਸਭ ਦਾ ਆਪਣੇ ਹੋਰ ਨਵੇਂ ਵਲੌਗ ਅੱਜ ਸੀਗਾ ਸੰਡੇ ਤੇ ਆਪਾਂ ਸਾਰੇ ਬੱਚੇ ਡਾਤੇ ਗਏ ਤੇ ਸਾਰੇ ਬੱਚੇ ਆ ਗਏ ਦੋ ਚਾਰ ਰਹਿੰਦੇ ਆ ਉਹ ਫਿਰਦੇ ਆ ਤੇ ਹੁਣ ਇਹਨਾਂ ਨੂੰ ਆਪਾਂ ਤਾੜ ਕੇ ਰੈੱਡ ਹਾਰਸ ਕੱਢਦੇ ਹਾਂ ਅੱਜ ਉਹਦੀ ਕਰਦੇ ਹਾਂ ਮੈਟਿੰਗ ਅਤੇ ਤੁਹਾਨੂੰ ਦਿਖਾਉਣਾ ਜੀ ਸਾਰਾ ਆਪਾਂ ਰੰਗ ਕਰਤਾ ਇਹ ਤੁਹਾਡਾ ਰਹਿੰਦਾ ਸੀਗਾ ਸਾਰਾ ਮਾਰਤਾ ਅਤੇ ਜਾਲ ਨੂੰ ਨੀਲਾ ਕਰਤਾ ਅਤੇ ਪੱਟੀਆਂ ਇਹਦੀਆਂ ਸਿਲਵਰ ਕਰਤੀਆਂ ਬਾਕੀ ਤੁਹਾਨੂੰ ਹੁਣ ਖੁੱਡੇ ਵੀ ਚੈੱਕ ਕਰਾ ਦੀ ਦੁਆਰ ਰੈੱਡ ਹਾਰਸ ਨੂੰ ਕੱਢਦੇ ਹਾਂ ਖੁੱਡੇ ਵੀ ਐਨ ਪੂਰੇ ਆਪਣੇ ਚਮਕਦੇ ਪਏ ਆ ਸਾਫ਼ ਸੁਥਰੇ ਆ ਅਤੇ ਇੱਧਰ ਮੈਂ ਰੰਗ ਵੀ ਮਾਰਤਾ ਸੀਗਾ ਅੰਦਰ ਸੈੱਟ ਆ ਕੰਮ ਪੂਰਾ ਹੁਣ ਆਪਾਂ ਕਿਹੜਾ ਬੱਚੇ ਸਾਰੇ ਤਾੜ ਕੇ ਉਦੋਂ ਬਾਅਦ ਰੈੱਡ ਹਾਰਸ ਨੂੰ ਲੈ ਕੇ ਚੱਲਦੇ ਹਾਂ ਅੱਜ ਉਹਦੀ ਕਰਦੇ ਹਾਂ ਮੈਟਿੰਗ ਦਾ ਕੰਮ ਫਾਈਨਲੀ ਬਾਅਦ 'ਚ ਹੈਗਾ ਤਾਂ ਸੰਡੇ ਆ ਦੁਕਾਨ ਸ਼ਾਇਦ ਖੁੱਲ੍ਹੀ ਵੀ ਆ ਜੇ ਤਾਂ ਹੋਈ ਦੁਕਾਨ ਖੁੱਲ੍ਹੀ ਤਾਂ ਆਪਣਾ ਲਾਈਟਿੰਗ ਦਾ ਕੰਮ ਹੋ ਜਾਣਾ ਹੁਣ ਪਹਿਲਾਂ ਆਹ ਛਤਰੀ ਵਾਲੇ ਤਾੜ ਦਿੰਦੇ ਹਾਂ ਫਿਰ ਉਹ ਛਤਰੀ ਵਾਲੇ ਫਿਰ ਉਹ ਛਤਰੀ ਵਾਲੇ ਸਾਰੇ ਤਾੜ ਕੇ ਫਿਰ ਚੱਲਦੇ ਆ ਲਓ ਵੀ ਕਹਿੰਦੇ ਸਾਰੇ ਬੱਚੇ ਤਾੜਤੇ ਜਿਹੜੇ ਰੰਗ ਵਾਲੇ ਦਿਖ ਰਹੇ ਆ ਸਾਰੇ ਬੱਚੇ ਹੀ ਆ ਜਿੰਨਿਆਂ ਦੇ ਰੰਗ ਰੁੰਗ ਲੱਗਿਆ ਅਤੇ ਹੁਣ ਚੱਲਦੇ ਹਾਂ ਰੈੱਡ ਹਾਰਸ ਨੂੰ ਲੈ ਕੇ ਲਓ ਵੀ ਹੁਣ ਇਹਨੂੰ ਕਰਦੇ ਹਾਂ ਸਟਾਰਟ ਕੱਪੜਾ ਕੁੱਪੜਾ ਮਾਰ ਲਈਏ ਸ਼ਾਈਨਿੰਗ ਤਾਂ ਇਹਦੀ ਉੱਨੀ ਹੀ ਆ ਬਸ ਮਿੱਟੀ ਉੱਪਰ ਪੈ ਗਈ ਇਹਦੇ ਚਮਕਾ ਲਈ ਮੜਾ ਕੱਪੜਾ ਮਾਰ ਕੇ ਅੱਗੇ ਚੱਲਦੇ ਹਾਂ ਬਾਹਰ ਹੁਣ ਇੱਧਰੋਂ ਪੂਰਾ ਹੀ ਪੂਰਾ ਹੀ ਜਾਂਦਾ ਹੁੰਦਾ ਬਾਕੀ ਹੁਣ ਤੁਹਾਨੂੰ ਇੱਕ ਭਲਵਾਨ ਦਿਖਾ ਦਈਏ ਸਰੀਰ ਦਾ ਆਉਂਦਾ ਵਾ ਭਲਵਾਨ ਸਾਹਿਬ ਕਿੱਥੇ ਨੇ ਉਹ ਦੇ ਬਾਹਾਂ ਬੂਹਾਂ ਦਿਖਾਉਂਦੇ ਆ ਤੁਹਾਨੂੰ ਭਲਵਾਨ ਵਾਲੀਆਂ ਹੀ ਨੇ ਲੈ ਵੀ ਕਹਿੰਦੇ ਭਲਵਾਨ ਹੈਗਾ ਸਰੀਰ ਚੈੱਕ ਕਰਾਉਣ ਡਿਆ ਡੋਲਾ ਦਿਖਾ ਦੇ ਮਾੜਾ ਜਿਹਾ ਜਮਾਂ ਹੀ ਭਲਵਾਨ ਹੀ ਆ ਸਿਰੇ ਦਾ ਜਿਹੜਾ ਪੱਟੀ ਵਾਲਾ ਮਸ਼ਹੂਰ ਹੋਇਆ ਉਹਦਾ ਕੁਛ ਵੀ ਹੈ ਮੂਹਰੇ ਫੇਲ ਕੀਤੇ ਹੋਏ ਆ ਇਹ ਤੁਸੀਂ ਸਿੱਖੇ ਸਿੱਖੇ ਹੋਏ ਆ ਲਓ ਵੀ ਆ ਗਏ ਜੋਧਾਂ ਦੇ ਮੈਟਿੰਗ ਵਾਲੀ ਦੁਕਾਨ 'ਤੇ ਆ ਗਏ ਇੱਕ ਤਾਂ ਆਹ ਵਾ ਇਹਦੇ ਵਿੱਚ ਵਾਈਟ ਵਾਲਾ ਵਾ ਇਹ ਜਦੋਂ ਗੰਦਾ ਹੋ ਗਿਆ ਸਾਫ਼ ਹੀ ਪਤਾ ਲੱਗ ਜਾ ਕਰਨਾ ਵੀ ਬਾਹਲਾ ਗੰਦਾ ਵਾ ਆਪਾਂ ਨੂੰ ਚਾਹੀਦਾ ਗ੍ਰੇ ਕਲਰ ਇਹ ਨਹੀਂ ਜਚਣਾ ਹੈਗਾ ਦੂਰੋਂ ਵੀ ਨਹੀਂ ਜਚ ਰਿਹਾ ਇਹ ਤਾਂ ਇਹਦਾ ਦੂਰੋਂ ਹੀ ਮੈਟ ਹੀ ਦੀਦਾ ਗਲਾ ਟਰੈਕਟਰ ਤਾਂ ਦੀਦਾ ਹੀ ਨਹੀਂ ਰੰਗ ਬਾਹਲਾ ਚਮਕਦਾ ਇਹ ਇੱਕ ਗ੍ਰੇ ਆ ਹੁਣ ਉਹ ਦੇਖਦੇ ਹਾਂ ਲਾ ਕੇ ਲਓ ਵੀ ਇੱਕ ਆਹ ਮੈਟ ਆ ਕਲਰ ਦਾ ਹੁਣ ਆਪਾਂ ਇਸ ਵਾਰ ਕਾਲਾ ਨਹੀਂ ਰੱਖਣਾ ਰੱਖਣਾ ਇਹੋ ਜਿਹਾ ਹੀ ਆ ਹੁਣ ਇਹਨੂੰ ਰੱਖ ਕੇ ਦੇਖਦੇ ਹਾਂ ਸੈੱਟ ਕਰਕੇ ਗੱਲ ਇਹਦੇ ਨਾਲ ਵੀ ਬਣਨੀ ਗ੍ਰੇ ਹੀ ਲੱਭਣਾ ਪੈਣਾ ਗ੍ਰੇ ਕਲਰ ਹੈਗਾ ਉਹਦਾ ਟੁੱਟਾ ਨਹੀਂ ਹੈਗਾ ਹੁਣ ਆਪਾਂ ਜਾਂ ਤਾਂ ਸਿੱਧਾ ਸਾਰਾ ਹੀ ਕਟਾਉਣਾ ਪੈਣਾ ਦੇਖਦੇ ਹਾਂ ਹੁਣ ਕੀ ਕਰਨਾ ਰੱਖ ਕੇ ਦੇਖ ਲਾ ਕੀ ਉਹਦਾ ਜੱਚ ਜਵੇ ਆਹ ਫੜਾ ਦੇ ਬਾਈ ਨੂੰ ਲੈ ਵੀ ਹੁਣ ਆਹ ਰੱਖ ਕੇ ਦੇਖਦੇ ਹਾਂ ਇਹ ਵੀ ਨਹੀਂ ਜੱਚਦਾ ਗੱਲਬਾਤ ਹੈ ਨਹੀਂ ਇਹਦੀ ਵੀ ਗ੍ਰੇ ਹੀ ਅੱਖਾਂ ਨੂੰ ਆ ਗਿਆ ਉਹਦਾ ਗ੍ਰੇ ਹੀ ਰੱਖਣਾ ਪੈਣਾ ਥੱਲੋਂ ਦੂਜੇ ਆ ਨਾ ਨੀ ਜਟਣੇ ਮੈਟ ਹੀ ਮੈਟ ਆ ਬਾਕੀ ਆਹ ਮੈਟ ਸਾਨੂੰ ਪਸੰਦ ਆ ਗਿਆ ਆਹ ਵਾਲਾ ਇਹ ਗ੍ਰੇ ਆ ਇਹਦੇ ਵਿੱਚ ਮਿੱਟੀ ਨਹੀਂ ਦਿਖੂਗੀ ਵੀ ਹੁਣ ਆਹ ਕਲਰ ਕੱਢਿਆ ਵਾ ਇਹ ਲਾ ਕੇ ਦੇ ਦਿੰਦਾ ਡਾਕਟਰ ਨਾਲ ਰੱਖਦਾ ਉਈ ਨਾਲ ਜੇ ਲਾ ਕੇ ਦੇ ਲਾ ਜੇ ਉੱਠ ਗਿਆ ਤਾਂ ਇਹੀ ਕੱਟ ਲਾਂਗੇ ਇਹ ਥੋੜ੍ਹਾ ਜਿਹਾ ਠੀਕ ਆ ਹੈ ਨਾ ਇਹਦੇ ਉੱਤੇ ਦੀ ਮਿੱਟੀ ਨਹੀਂ ਪਤਾ ਲੱਗੂਗੀ ਕਿ ਲਿਬੜਿਆ ਜਾਵੇ ਨਾ ਨਾ ਖੋਲ੍ਹਣਾ ਖੋਲ੍ਹਣਾ ਜਾਂਚਦਾ ਇਹਦੇ ਵਿੱਚ ਵਾਈਟ ਤਾਂ ਹੈਗਾ ਇਹਦੇ ਵਿੱਚ ਵੀ ਪਰ ਵੀਡੀਓ ਦੇ ਵਿੱਚ ਹੋਰ ਦੇਖ ਰਿਹਾ ਇਹ ਰੀਅਲ 'ਚ ਵਧੀਆ ਲੱਗ ਰਿਹਾ ਵਾ ਵੀਡੀਓ ਵਿੱਚ ਇੰਨਾ ਕਲੈਰਿਟੀ ਨਹੀਂ ਪਤਾ ਲੱਗ ਰਹੀ ਵੀ ਇਹ ਕਿੱਦਾਂ ਦਾ ਵਾ ਜਿਹੜੀ ਆਹ ਕੁਆਲਿਟੀ ਦੇ ਮੈਟ ਆ ਸਾਰੇ 70 ਰੁਪਏ ਸਕੁਏਅਰ ਫੁੱਟ ਆ ਹੁਣ ਆਪਣੇ ਵਾਲੇ ਦੇ ਮਿਣ ਕੇ ਦੇਖਦੇ ਹਾਂ ਟਰੈਕਟਰ 'ਤੇ ਆਉਣਾ ਕਿੰਨਾ ਵਾ ਜਿਹਦਾ ਸਹੀ ਰੇਟ ਲੱਗਿਆ ਇਹਨਾਂ ਦਾ ਫਿਰ ਤਾਂ ਆਪਾਂ ਹੁਣੇ ਹੀ ਲੈ ਜਾਵਾਂਗੇ ਉਹ ਜਿਹੜਾ ਐਂਡ 'ਤੇ ਰੋ ਰੱਖਿਆ ਚੈੱਕ ਕਰ ਲਾ ਬਾਈ ਆਹ ਮੈਟ ਆਪਾਂ ਕਰਤਾ ਫਾਈਨਲ ਆਹ ਲਵਾਵਾਂਗੇ ਹੁਣ ਬਾਬਾ ਜੀ ਕੱਟਣ ਲੱਗਿਆ ਵਾ ਇਹ ਕਿੰਨਾ ਵਧੀਆ ਲੱਗਦਾ ਹੁਣ ਇਹ ਕਲੀਅਰ ਦਿਖ ਰਿਹਾ ਵਾ ਜਦੋਂ ਜ਼ੂਮ ਕਰਦੇ ਨੇ ਵਾਈਟ ਵਾਈਟ ਦਿਖਣ ਲੱਗ ਜਾਂਦਾ ਵਾ ਇੱਦਾਂ ਦਾ ਇਹ ਜਾਣੀ ਕਿ ਅਸਲੀ 'ਚ ਜੇ ਆਪਾਂ ਰੀਅਲ 'ਚ ਦੇਖਦੇ ਹਾਂ
ਇਹ ਲੱਗੂ ਘੈਂਟ ਹੁਣ ਪੂਰਾ ਨਾਲ ਲਾ ਕੇ ਦੇ ਲਿਆ ਅਸੀਂ ਜੱਚਦਾ ਵਾ ਬਾਹਣੇ ਨੂੰ ਕਟਾਉਣੇ ਆ ਲਓ ਵੀ ਜਿੰਨਾ ਮੈਟ ਆਪਾਂ ਨੂੰ ਚਾਹੀਦਾ ਸੀ ਉਨਾ ਆਪਾਂ ਕਟਾ ਲਿਆ ਇੱਕ ਆਪਾਂ ਨੂੰ ਛੋਟਾ ਪੀਸ ਇੱਕ ਆਪਾਂ ਛੋਟਾ ਪੀਸ ਕਟਾ ਲਿਆ ਪੌੜੀਆਂ ਵਾਸਤੇ ਅਤੇ ਥੋੜ੍ਹੀ ਜਗ੍ਹਾ ਘੱਟਦੀ ਸੀ ਕਿਉਂਕਿ ਇਹ ਚੜਾਈ 'ਚ ਘੱਟ ਆ ਅਤੇ ਇੱਕ ਆਹ ਵੱਡਾ ਪੀਸ ਕਟਾ ਲਿਆ ਹੁਣ ਇਹਨੂੰ ਘਰੇ ਆ ਕੇ ਚੰਗੀ ਤਰ੍ਹਾਂ ਕੱਟ ਕੁੱਟ ਕੇ ਕਰਾਂਗੇ ਫਿਰ ਉਦੋਂ ਪਹਿਲਾਂ ਜੇ ਆਰ ਆਟ ਕੋਈ ਚੱਲਦੇ ਹਾਂ ਆਹ ਟੇਪ ਜੀ ਉੱਖੜ ਰਹੀ ਆ ਜ਼ਿਆਦਾ ਉੱਖਣ ਲੱਗ ਗਈ ਇਹ ਫਿਰ ਗਾਂਹ ਜਾ ਕੇ ਕੋਈ ਚੱਕਰ ਪਾਊਗੀ ਪਾਣੀ ਪੂਣੀ ਜਾਊਗਾ ਇਹਦੇ ਵਿੱਚ ਇਹ ਸੈੱਟ ਕਰਾ ਕੇ ਫਿਰ ਘਰੇ ਚੱਲਾਂਗੇ ਅਤੇ ਘਰੇ ਜਾਂਦੇ ਸਾਰ ਆਪਾਂ ਆਹ ਮੈਟ ਦਾ ਕੰਮ ਕਰਨ ਲੱਗ ਜਾਣਾ ਅੱਜ ਤੁਹਾਨੂੰ ਮੈਟ ਲੱਗਿਆ ਹੋਇਆ ਦੇਖ ਜਾਣਾ ਜਾਣੀ ਕਿ ਪੂਰੀ ਗੱਲਬਾਤ ਬਣਾ ਦੇਣੀ ਮੈਟ ਬਾਹਲਾ ਮਹਿੰਗਾ ਪੈ ਗਿਆ ਇਹਦਾ ਮਜਬੂਰੀ ਕਾਰਨ ਲੈ ਲਿਆ ਅੱਗੇ ਤੋਂ ਆਪਾਂ ਇੱਥੇ ਸਮਾਨ ਸਮੂਹ ਘੱਟ ਹੀ ਲਿਆ ਕਰਾਂਗੇ ਮਹਿੰਗਾ ਵਾਲਾ ਲਾਉਂਦਾ ਬਾਕੀ ਆਪਣਾ ਪੈਕ ਹੁੰਦਾ ਵਾ ਅਤੇ ਫਿਰ ਜਾ ਕੇ ਕੱਟ ਰਹੇ ਹਾਂ ਨਹੀਂ ਸ਼ਹਿਰ ਜਾਣਾ ਪੈਣਾ ਜੀ ਕਿੱਥੇ ਫਿਰ ਇੱਥੋਂ ਹੀ ਲੈ ਲਿਆ ਮਹਿੰਗਾ ਹੀ ਅਤੇ ਸ਼ਹਿਰੋਂ ਹੀ ਲਿਆਇਆ ਕਰਾਂਗੇ ਜਦੋਂ ਮੈਟ ਮੁੜਤਾ ਸਾਰੇ ਆਪਾਂ ਜੇ ਆਰ ਆਰ ਤੋਂ ਕੰਮ ਕਰਾਉਣਾ ਹੈ ਫੇਰ ਬੰਦ ਕੱਲ੍ਹ ਵੀ ਬੰਦ ਫੇਰ ਕਹਿੰਦਾ ਕੰਮ ਨਹੀਂ ਚੱਲਦਾ ਨਾਲੇ ਵਲੋਗ ਦੇਖੂਗਾ ਸੂਆ ਫੇਰ ਕਹਿੰਦੇ ਕੰਮ ਨਹੀਂ ਚੱਲਦਾ ਕੰਮ ਸਵਾਹ ਚੱਲਣਾ ਵਾ ਦੁਕਾਨਾਂ ਹੀ ਬੰਦ ਕਰਕੇ ਰੱਖਦਾ ਵਾ ਐਤਵਾਰ ਨੂੰ ਵੀ ਖੋਲ ਲਿਆ ਕਰ ਕੰਮ ਨਹੀਂ ਹੁੰਦਾ ਲਓ ਵੀ ਮੈਟ ਲੈ ਲਿਆ ਅਤੇ ਹੁਣ ਘਰੇ ਆ ਕੇ ਮੈਟ ਮੂਟ ਕੱਟਦੇ ਹਾਂ ਬਾਅਦ ਚੋਂ ਰੀਲਾਂ ਰੂਲਾਂ ਬਣਾਉਂਦੇ ਹਾਂ ਅਤੇ ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ ਇਹਦੀ ਕਿੱਦਾਂ ਦੀ ਲੁੱਕ ਆਉਂਦੀ ਆ ਹੁਣ ਗ੍ਰੀਨਰੀ ਜੀ ਲਾ ਕੇ ਹੁਣ ਆਹ ਲਾਉਂਦੇ ਹਾਂ ਇਹ ਮੈਟ ਲਾਉਂਦੇ ਹਾਂ ਹੁਣ ਜਾ ਕੇ ਲਓ ਵੀ ਕਹਿੰਦੇ ਗ੍ਰੀਨ ਘਾਹ ਤਾਂ ਚੱਕਤਾ ਹੁਣ ਆਪਾਂ ਦੂਜੇ ਦੀ ਕਟਿੰਗ ਦੇਖਦੇ ਹਾਂ ਕਿੱਦੋਂ ਕਿਵੇਂ ਕਰਨੀ ਆਹ ਤਾਂ ਲਾ ਕੇ ਰੱਖਤਾ ਸੈੱਟ ਬੈੱਟ ਕਰਦੇ ਹਾਂ ਹੁਣ ਨਵੇਂ ਮੈਟ ਨੂੰ ਸਮਝ ਨਹੀਂ ਆਉਂਦਾ ਕਿੱਧਰੋਂ ਕਿਵੇਂ ਕੱਟੀਏ ਕਿਉਂਕਿ ਇਹ ਮਿਲਿਆ ਸਾਨੂੰ ਹੋਰ ਤਰੀਕੇ ਨਾਲ ਕੱਟਣਾ ਸੀ ਹੋਰ ਤਰੀਕੇ ਨਾਲ ਹੁਣ ਇਹਨੂੰ ਵਿਛਾ ਕੇ ਪਹਿਲਾਂ ਤਾਂ ਇਹਦਾ ਨਾਪਾ ਲੈਂਦੇ ਹਾਂ ਫਿਰ ਉਸ ਹਿਸਾਬ ਨਾਲ ਕੱਟਦੇ ਹਾਂ ਚੜਾਈ ਘੱਟ ਹੋਣ ਕਰਕੇ ਥੋੜ੍ਹਾ ਜਿਹਾ ਪਜ਼ਲ ਜਿਹੀ ਹੋ ਰਹੇ ਹਾਂ ਚੜਾਈ ਪੂਰੀ ਹੁੰਦੀ ਫਿਰ ਨਹੀਂ ਕੋਈ ਚੱਕਰ ਸੀਗਾ ਲਓ ਵੀ ਕਹਿੰਦੇ ਇੱਕ ਪਾਸੇ ਅੱਧਾ ਪਾਸਾ ਕੱਟੇਗਾ ਪਰ ਆਹ ਚੀਜ਼ ਆ ਜਿਹੜੀ ਇਹਦੇ ਨਾਲ ਪੱਕੀ ਜੋੜਨੀ ਪੈਣੀ ਆ ਟਾਈ ਲੋਕ ਲਾ ਕੇ ਕਿਉਂਕਿ ਚੜਾਈ ਘੱਟ ਸੀ ਬਸ ਇੱਥੋਂ ਕਮਾਰ ਖਾ ਗਏ ਥੋੜ੍ਹੀ ਹੈਗਾ ਯਾਰ ਮੈਟ ਹੀ ਗਲਤ ਆਇਆ ਹੋਇਆ ਇੱਥੋਂ ਟੋਆ ਜਿਹਾ ਵਾ ਚੱਲ ਕੋਈ ਨੀ ਇੰਨਾ ਕੁ ਤਾਂ ਹੁੰਦਾ ਹੀ ਆ ਵੈਸੇ ਤਾਂ ਪਤਾ ਲੱਗਦਾ ਨੀ ਇੰਨਾ ਤੇ ਹੁਣ ਪਰਲੇ ਦਾ ਇੰਨਾ ਕੱਟ ਕੇ ਫਿਰ ਪਿੱਛੇ ਵਾਲੀਆਂ ਜਗ੍ਹਾ ਇਕੱਠੀਆਂ ਕੱਟਾਂਗੇ ਦੋਨਾਂ ਜਾਣੀਆਂ ਹੁਣ ਆਹ ਵਿਚਾਲਾ ਕੱਟਾਂਗੇ ਐਂਡ 'ਤੇ ਪਹਿਲਾਂ ਪਰਲਾ ਪਾਸਾ ਕੱਟਦੇ ਹਾਂ ਲਓ ਵੀ ਕਹਿੰਦੇ ਹੁਣ ਦੂਜੇ ਪਾਸੇ ਦਾ ਕੱਟਦੇ ਹਾਂ ਪੁਰਾਣਾ ਮੈਟ ਆਪਾਂ ਥੱਲੇ ਰੱਖ ਕੇ ਨਾਲ ਦੀ ਨਾਲ ਕੱਟ ਲਾਂਗੇ ਲਓ ਵੀ ਕਹਿੰਦੇ ਪੁਰਾਣਾ ਮੈਟ ਰੱਖ ਕੇ ਨਾਲ ਦੀ ਨਾਲ ਨਵਾਂ ਕੱਟੀ ਜਾਂਦੇ ਹਾਂ ਇੱਧਰ ਸਾਡੇ ਬੰਦੇ ਸਕੂਟਰ ਪਾਸੇ ਕਰਨ ਨੂੰ ਗਿਆ ਪਹਿਲਾਂ ਸਟੈਂਡ ਤੋਂ ਲਿਆ ਨੀ ਹੁਣ ਸਟੈਂਡ ਤੋਂ ਲੱਗਦਾ ਨੀ ਨਾਮ ਇਹਦਾ ਭਲਵਾਨ ਪਹਿਲਾਂ ਸਟੈਂਡ ਤੋਂ ਲਿਆ ਨੀ ਦੋ ਬੰਦੇ ਨੇ ਸਟੈਂਡ ਲਾਉਣੇ ਚਾਹੀਦੇ ਲਓ ਵੀ ਕਰੋ ਚੈੱਕ ਹੁਣ ਵਧੀਆ ਲੱਗਦਾ ਵਾ ਲੱਗਿਆ ਲਓ ਵੀ ਕਹਿੰਦੇ ਮੈਟਿੰਗ ਦਾ ਫਾਈਨਲੀ ਕੰਮ ਸਾਰਾ ਨਿਬੜ ਗਿਆ ਸਾਰੀ ਮੈਟਿੰਗ ਆਪਣੀ ਕੱਟੀ ਗਈ ਅਤੇ ਆਹ ਚੀਜ਼ਾਂ 'ਤੇ ਵੀ ਆਪਾਂ ਆਹ ਲਾ ਦੇਣਾ ਆਹ ਵੀ ਆਪਾਂ ਕੱਟ ਲਈ ਹੁਣ ਟਾਈ ਲੋਕ ਲੈ ਆਉਂਦੇ ਨੇ ਅਤੇ ਸੂਆ ਇਹ ਤਾਂ ਬਾਜ਼ ਆ ਸੂਆ ਲੈ ਕੇ ਆ ਸੂਆ ਸੂਆ ਕੀ ਹੁੰਦਾ ਬਾਅਦ 'ਚ ਆਹ ਬਾਜ਼ ਨੂੰ ਚੱਕ ਕੇ ਕਹਿੰਦਾ ਸੂਆ ਆ ਗਿਆ ਜਾਂ ਲੈ ਗਿਆ ਸੂਆ ਅਤੇ ਸਾਰੇ ਕੁਛ ਕੱਟ ਲਿਆ ਆਪਾਂ ਲੋ ਵੀ ਕਹਿੰਦੇ ਇੱਧਰ ਖਲਾਰਾ ਵੀ ਪੈ ਗਿਆ ਮੈਟੋ ਮੈਟ ਹੋ ਗਿਆ ਆਹ ਇੰਨਾ ਕੁ ਪੀਸ ਬਚ ਗਿਆ ਜਿਹੜੇ ਟੁੱਟੇ ਬਚੇ ਸੀਗੇ ਉਹ ਮੈਂ ਇੱਥੇ ਲਾਉਣ ਨੂੰ ਕੱਟ ਲਏ ਦੋਨਾਂ ਪਾਸੇ ਅਤੇ ਪੌੜੀਆਂ ਵੀ ਪ੍ਰੋਪਰ ਕੱਟਤੀਆਂ ਸਿਰਾ ਲੱਗ ਗਈ ਗੱਲਬਾਤ ਹੁਣ ਸਾਰਾ ਡਾਇਲੋਗ ਨਾ ਬਣ ਦੀਏ ਕਰਾਂ ਲਓ ਵੀ ਬਣ ਗਈ ਗੱਲ ਸਾਰਾ ਕੰਪਲੀਟ ਹੋ ਗਿਆ ਬਸ ਹੁਣ ਡਾਇਲੋਗ ਲਾ ਦਈਏ ਕਰਾਂ ਲਓ ਵੀ ਫਾਈਨਲੀ ਸਾਰਾ ਕੰਮ ਨਿਬੜ ਗਿਆ ਅਤੇ ਇੰਨਾ ਕੁ ਘਾਹ ਬਚਿਆ ਬਸ ਆਹ ਟੁੱਟੇ ਜੇ ਆਹ ਥੋੜ੍ਹਾ ਜਿਹਾ ਵੱਧ ਪੀਸ ਬਚ ਗਿਆ ਸਾਰਾ ਓਕੇ ਰਿਪੋਰਟ ਕਰਤਾ ਟਾਈ ਆਹ ਡਾਇਲੋਗ ਮੈਂ ਉੱਪਰ ਦੀ ਲਾਤਾ ਇੱਥੇ ਆ ਕੇ ਮੱਕ ਗਿਆ ਬਾਕੀ ਸਾਰਾ ਕੰਮ ਡਾਇਲੋਗ ਵੀ ਨਹੀਂ ਦੇ ਗਏ ਲਓ ਵੀ ਬਣ ਗਈ ਗੱਲ ਇੱਥੇ ਵੀ ਲਾ ਦੇ ਸਾਰੇ ਕਿਤੇ ਹੋ ਗਈ ਐਂ ਤੁਹਾਨੂੰ ਹੁਣ ਦੂਜੇ ਪਾਸੇ ਦਿਖਾਉਣਾ ਲਓ ਵੀ ਇੱਧਰ ਵੀ ਐਂ ਪੂਰੀ ਓਕੇ ਦੀ ਰਿਪੋਰਟ ਕਰਤੀ ਇਹ ਮੈਟਿੰਗ ਦਾ ਇਹ ਫਾਇਦਾ ਸੀ ਨਾਲ ਨਾਲ ਜੇ ਲੱਗੀ ਰਹਿੰਦੀ ਆ ਉਹਦਾ ਥੋੜ੍ਹਾ ਜਿਹਾ ਖਲਾਰਾ ਪੈਂਦਾ ਸੀਗਾ ਜ਼ਿਆਦਾ ਬਣ ਗਈ ਗੱਲ ਪੂਰੀ ਲਓ ਵੀ ਕਹਿੰਦੇ ਖੇਤ ਆ ਗਏ ਅਤੇ ਰੀਲਾਂ ਰੂਲਾਂ ਬਣਾਉਣ ਆ ਗਏ ਹੁਣ ਮੈਟਿੰਗ ਚੈੱਕ ਕਰੋ ਉੱਪਰੋਂ ਕਿੰਨੀ ਵਧੀਆ ਲੱਗਦੀ ਆ ਸਾਰਾ ਕੰਮ ਪ੍ਰੋਪਰ ਹੀ ਘੈਂਟ ਹੋ ਜਾਣੀ ਗੱਲਬਾਤ ਬਣ ਗਈ ਪੂਰੀ ਲੈ ਵੀ ਦੇਖਦੇ ਹੁਣ ਮੰਤਰੀ ਹੁਣ ਚਾਜਣਾ ਚਲਾਓ ਭੰਨ ਨਾ ਦੇਈਗਾ ਕੁਛ ਹੈਨਾ ਬਾਕੀ ਭਲਵਾਨ ਫਿਰ ਤਾਂ ਰੀਲਾਂ ਬਣਾ ਕੇ ਇਹਨਾਂ ਨੇ ਜਾਣਾ ਪਿੰਡ ਬਈ ਇੱਧਰੋਂ ਧੁੱਪ ਪੈਂਦੀ ਆ
ਕਹਿੰਦੇ ਮੇਰੇ ਵੀਰੋ ਪੂਰੀ ਦੇ ਕੰਮ ਦੇਖ ਲੋ ਖੋਲਤਾ ਟਾਇਰ ਕਹਿੰਦੇ ਮੇਰੇ ਵੀਰੋ ਲੋ ਵੀ ਹੋ ਗਿਆ ਉਹੀ ਕੰਮ ਅੱਜ ਇਹਦਾ ਸਪੈਂਡਰ ਰੁੜ ਗਿਆ ਅੱਗੇ ਜੌਨ ਡੀਅਰਾਂ ਦਾ ਟੁੱਟਦਾ ਅੱਜ ਮਹਿੰਦਰ ਦਾ ਵੀ ਟੁੱਟ ਗਿਆ ਟਾਇਰ ਹੋ ਗਿਆ ਲੈਨ ਮੋਟਰ ਤੇ ਲਾਈਏ ਪਰੇ ਵੀਰੋ ਹੋ ਗਿਆ ਕੰਮ ਉਹੀ ਲੋ ਵੀ ਕਹਿੰਦੇ ਹੁਣ ਟਾਇਰ ਤਾਂ ਚੱਕ ਲਈਏ ਜਿਹੜਾ ਕੋਈ ਹੋਣਾ ਸੀ ਹੋ ਗਿਆ ਟਾਇਰ ਤਾਂ ਲੈ ਲਈਏ ਆ ਪਿਆ ਵਾ ਟਾਇਰ ਕਿੰਨੀ ਦੂਰ ਆ ਕਰਤਾ ਕੰਮ ਹੋਈ ਚੱਲ ਵੀ ਭਲਵਾਨ ਕੱਲਾ ਹੀ ਕੱਢੂਗਾ ਟਾਇਰ ਹੁਣ ਬਣਾ ਲਓ ਰੀਲਾਂ ਬਾਈ ਹੋਰ ਬਣਾ ਲਓ ਮੂਹਰੋਂ ਚੱਕ ਕੇ ਰੀਲਾਂ ਚੱਲ ਚੱਕ ਤੇ ਨਾਲ ਬੈਠਾ ਜੀ ਟੁੱਟਿਆ ਬਣ ਗਈ ਰੀਲੇ ਦੀ ਵੀ ਚੱਲ ਚੱਲ ਧੱਕਾ ਲਾ ਚੱਲ ਹੋਇਆ ਨਾਲ ਮਾੜਾ ਆ ਹੋਇਆ ਨਾਲ ਹੋ ਜਾ ਜਿਹੜੀ ਬਚਾਲ ਦੀ ਰਾੜ ਜੀ ਇਹ ਨਵੀਂ ਪਊਗੀ ਚੱਲ ਲਿਆ ਲਿਆ ਰੋੜ ਕੇ ਕੋਈ ਨੀ ਕਰਦੇ ਹਲੇ ਤੂੰ ਆਉਣ ਦੇ ਹੁਣ ਤੇ ਲਓ ਵੀ ਮਿੱਤਰੋ ਨਵਾਂ ਖਰਚਾ ਖੜਾ ਹੋ ਗਿਆ ਰੀਲਾਂ ਦੇ ਚੱਕਰਾਂ ਦੇ ਵਿੱਚ ਵਲੌਗਾਂ ਦੇ ਚੱਕਰਾਂ ਦੇ ਵਿੱਚ ਮੂਹਰੋਂ ਚੱਕਦੇ ਸਵਾਦ ਸਵਾਦ ਦੇ ਵਿੱਚ ਆਹ ਕੰਮ ਵੀ ਹੋ ਜਾਂਦਾ ਵਾ ਥੋੜ੍ਹਾ ਜਿਹਾ ਧਿਆਨ ਨਾਲ ਕਰਿਆ ਕਰੋ ਅੱਜ ਥੋੜ੍ਹਾ ਜਿਹਾ ਟਰੈਕਟਰ ਜ਼ਿਆਦਾ ਚੱਕਿਆ ਗਿਆ ਅੱਗੇ ਆਪਾਂ ਇੰਨਾ ਚੱਕਿਆ ਨੀ ਹੈ ਤੇ ਇੱਧਰ ਆਹ ਕੀ ਹੋ ਗਿਆ ਓਹੋ ਟੁੱਟਿਆ ਸਪੈਂਡ ਵਾਲਾ ਇੱਧਰ ਕਹਿੰਦੇ ਰੀਲਾਂ ਬਣਾਉਣ ਲੱਗ ਗਏ ਦੱਸ ਹੱਦ ਹੋ ਗਈ ਦੁੱਖ ਸੁੱਖ ਦਾ ਕੀ ਕਹਿੰਦਾ ਰੀਲਾਂ ਬਣਾਉਣ ਲੱਗ ਗਏ ਬਹੁਤ ਔਖ ਹੋਇਆ ਸਪੈਂਡਲ ਟੁੱਟ ਗਿਆ ਇੱਕ ਰੀਲ ਬਣਾ ਲੈਂਦੇ ਮੈਸਤਰੀ ਮੁਸਤਰੀ ਨੂੰ ਬਣਾ ਲਾ ਯਾਰ ਮੈਸਤਰੀ ਮੁਸਤਰੀ ਨੂੰ ਫੋਨ ਲਾਈਏ ਯਾਰ ਸਪੈਂਡਲ ਦਾ